ਉਹਨੂੰ ਕਿਦਾਂ ਪੂਰੀ ਕਿਦਾਂ ਡਾਕਟਰਾਂ ਨੇ ਕੋਈ ਮੰਗ ਪੱਤਰ ਤੁਸੀਂ ਸਭ ਤੋਂ ਪਹਿਲੀਆਂ ਜੇ ਤੁਸੀਂ ਸਾਰੇ ਚੁੱਪ ਦਾ ਦਾਨ ਬਖਸ਼ੋ ਦੂਜੀ ਗੱਲ ਅਸੀਂ ਆਹੀ ਚੀਜ਼ ਦੇਖਣ ਆਇਆ ਵੀ ਇੱਥੇ ਕਿਸ ਚੀਜ਼ ਦੀ ਕਮੀ ਹੈ ਕੋਈ ਡਾਕਟਰਾਂ ਦੀ ਕਮੀ ਆ ਕੋਈ ਸਵੀਪਰਾਂ ਦੀ ਕਮੀ ਆ ਕੋਈ ਨਰਸਾਂ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਦੀ ਕਮੀ ਆ ਕੋਈ ਮੈਡੀਸਨ ਦੀ ਕਮੀ ਆ ਉਹ ਸਾਰੀ ਅਸੀਂ ਇਕੱਲੀ ਇਕੱਲੀ ਚੀਜ਼ ਜਿਹੜੀ ਨੋਟ ਕਰ ਰਹੇ ਮੇਰੇ ਨਾਲ ਅਫਸਰ ਸਾਹਿਬਾਨ ਆਏ ਨੇ ਉਹ ਹਰ ਇੱਕ ਚੀਜ਼ ਨੋਟ ਕਰ ਰਹੇ ਇਕੱਲੀ ਇਕੱਲੀ ਚੀਜ਼ ਉਸ ਦਾ ਸੋਲੂਸ਼ਨ ਫਿਰ ਅਸੀਂ ਬੈਠ ਕੇ ਉਹਦਾ ਸੋਲੂਸ਼ਨ ਕੱਢਾਂਗੇ ਅਸੀਂ ਕਿਵੇਂ ਇਹ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਜੇ ਤੁਸੀਂ ਕਹੋ ਕੋਈ ਡਾਕਟਰ ਮਹੀਨੇ 20 ਦਿਨਾਂ 'ਚ ਕੋਈ ਡਾਕਟਰ ਨਹੀਂ ਬਣਦਾ ਡਾਕਟਰ ਬਣਨ ਵਾਸਤੇ ਕਈ ਸਾਲ ਲੱਗ ਜਾਂਦੇ ਨੇ ਸੋ ਜੇ ਅਸੀਂ ਅੱਜ ਵੀ ਸ਼ੁਰੂ ਕਰੀਏ ਤਾਂ ਵੀ ਸਾਨੂੰ ਕਿੰਨੇ ਸਾਲ ਲੱਗ ਸੋ ਅਸੀਂ ਚਾਹੁੰਦੇ ਹਾਂ ਜਿੰਨੇ ਸਾਡੇ ਨਰਸਾਂ ਨੇ ਸਾਡੇ ਡਾਕਟਰ ਨੇ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਉਹਨਾਂ ਨਾਲ ਅਸੀਂ ਦੁਰਵਿਹਾਰ ਨਾ ਕਰੀਏ ਉਹਨਾਂ ਉਹ ਕੰਮ ਕਰਦੇ ਨੇ ਤੁਸੀਂ ਹੁਣ ਅੱਜ ਮੇਰੇ ਮਗਰ 100 ਪ੍ਰੈਸ ਵਾਲਾ ਉਹਦਾ ਮੈਨੂੰ ਵੀ ਕੁਦਰਤੀ ਉਹ ਗੁੱਸਾ ਆਉਣਾ ਸੋ ਇਸ ਕਰਕੇ ਕੰਮ ਹੈ ਜਦੋਂ ਕੰਮ ਦਾ ਪ੍ਰੈਸ਼ਰ ਹੋ ਜਾਂਦਾ ਡਾਕਟਰ ਵੀ ਕਈ ਵਾਰੀ ਗੁੱਸਾ ਕਰਦੇ ਕਈ ਵਾਰੀ ਭੈਣਾਂ ਸਾਡੀਆਂ ਉਹ ਵੀ ਉਹ ਕਰ ਜਾਂਦੇ ਉਹਨੂੰ ਅਸੀਂ ਇਹ ਨਾ ਲਈ ਪਤਾ ਨਹੀਂ ਕੀ ਕਰਤਾ ਸੋ ਅਸੀਂ ਸਾਡੇ ਸਤਿਕਾਰਯੋਗ ਸਾਡੇ ਮਰੀਜ਼ ਵੀ ਸਾਡੇ ਆਪਦੇ ਆ ਸਾਡੇ ਜਿਹੜੇ ਮਰੀਜ਼ ਦੇ ਨਾਲ ਆਇਆ ਉਹ ਵੀ ਸਾਡੇ ਆਪਦੇ ਆ ਡਾਕਟਰ ਵੀ ਸਾਡੇ ਆਪਦੇ ਆ ਫਿਰ ਇਹ ਇੱਕ ਟੀਮ ਹੈ ਟੀਮ ਨੂੰ ਜੇ ਅਸੀਂ ਕੋਈ ਗਲਤ ਫਲਤ ਬੋਲਾਂ ਉਹ ਤਾਂ ਚੰਗਾ ਨਹੀਂ ਸੋ ਅਸੀਂ ਟੀਮ ਵਰਕ ਦੇ ਤੌਰ 'ਤੇ ਜੇ ਮੈਂ ਹੈਲਥ ਮਿਨਿਸਟਰ ਹਾਂ ਮੈਂ ਕਿਹੜਾ ਆਪਰੇਸ਼ਨ ਕਰ ਲੈਣਾ ਕਿਉਂ ਮੈਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਮੈਂ ਉਹਨੂੰ ਸਲੀਕੇ ਨਾਲ ਨਿਭਾਉਣਾ ਚਾਹੁੰਦਾ ਮੈਂ ਲੋਕਾਂ 'ਚ ਜਾ ਕੇ ਦੇਖਣਾ ਚਾਹੁੰਦਾ ਪਰ ਉਹਦੇ ਵਿੱਚ ਤੁਹਾਡੇ ਕੋਆਪਰੇਸ਼ਨ ਦੀ ਲੋੜ ਹੈ ਤੁਸੀਂ ਜੇ ਕਿਤੇ ਮੈਨੂੰ 10 ਮਿੰਟ ਦੇ ਦਿਓ ਮੈਂ ਸਾਰਾ ਹਸਪੀਟਲ ਵਿਜ਼ਿਟ ਕਰਕੇ ਤੁਸੀਂ ਮੈਂ ਤੋਂ ਜੋ ਮਰਜ਼ੀ ਪੁੱਛੀ ਜਾਏ ਸੋ ਇਸ ਕਰਕੇ ਮੇਰੀ ਬੇਨਤੀ ਆ ਜੇ ਮੈਨੂੰ ਤੁਸੀਂ 10 ਮਿੰਟ ਦੇ ਦਿਓ ਬਾਅਦ 'ਚ ਜਿੰਨੇ ਮਰਜ਼ੀ ਸਵਾਲ ਸਰ ਮਲਤੀ ਸਾਹਿਬ ਇੱਕ ਸਵਾਲ ਲਓ ਜੀ ਦੇਸ਼ ਦੀ ਪਹਿਲੀ ਜਨ ਔਸ਼ਧੀ ਅੰਮ੍ਰਿਤਸਰ ਸਿਵਲ ਹਸਪੀਟਲ ਦੇ ਵਿੱਚ ਹੈ ਓਕੇ ਇਸ ਤੇ ਇੱਕ ਸਾਲ ਦੀ ਗੱਲ ਹੋਈ ਠੀਕ ਹੈ ਸਰ ਸਰ ਦੇਖੋ ਮੇਰੀ ਕੋਸ਼ਿਸ਼ ਹੈ ਜੋ ਵੀ ਕੋਈ ਕਿਸੇ ਦੇ ਕੋਈ ਇੱਦਾਂ ਦੇ ਹੈਗਾ ਜੋ ਜੋ ਮੇਰੇ ਧਿਆਨ 'ਚ ਆ ਰਿਹਾ ਉਸ 'ਤੇ ਜਿੱਦਾਂ ਦੀ ਵੀ ਹੈਗੇ ਅਫਸਰ ਸਾਹਿਬਾਨ ਨਾਲ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਸਲਾਹ ਮਸ਼ਵਰਾ ਕਰਕੇ ਉਹਨੂੰ ਜਲਦੀ ਪਟੜੀ 'ਤੇ ਲੈ ਕੇ ਆਉਣ ਦੀ ਕੋਸ਼ਿਸ਼ ਹੈ ਜਿਹੜੇ ਦਵਾਈਆਂ ਪਰਚੀ ਦੇ ਉੱਪਰ ਲਿਖੀ ਜਾਂਦੀਆਂ ਅੰਦਰੋਂ ਘੱਟ ਮਿਲਦੀਆਂ ਬਾਹਰੋਂ ਜ਼ਿਆਦਾ ਮਿਲਦੀਆਂ ਦੇਖੋ ਜਿੰਨੀ ਸਾਡੇ ਲਈ ਮੈਡੀਸਨ ਹੈਗੀ ਆ ਹੁਣ ਮੈਡੀਸਨ ਇਹ ਨਹੀਂ ਹੈ ਵੀ ਅੱਜ ਔਡਰ ਦਿੱਤਾ ਦੂਜੇ ਦਿਨ ਮੈਡੀਸਨ ਆ ਗਈ ਮੈਡੀਸਨ ਜੇ ਅੱਜ ਔਡਰ ਕਰੀਏ ਤਾਂ ਵੀ ਉਹਦਾ 6-7 ਹਫ਼ਤਿਆਂ ਦਾ ਜਿਹੜਾ ਪ੍ਰੋਸੈਸ ਹੈ ਇੱਕ ਉਹਦੇ ਵਿੱਚ ਦੀ ਉਹਨੇ ਗੁਜ਼ਰਨਾ ਜੋ ਸਿਸਟਮ ਹੈ ਉਹਦੇ ਵਿੱਚ ਦੀ ਗੁਜ਼ਰਨਾ ਸੋ ਇਸ ਕਰਕੇ ਸਾਡੀ ਤਿਆਰੀ ਹੋ ਗਈ ਬਜਟ ਪਾਸ ਹੋ ਗਿਆ ਉਹਦੇ ਵਿੱਚ ਜਲਦੀ ਤੁਹਾਨੂੰ ਮੈਡੀਸਨ ਆ ਇੱਕ ਵੀ ਮੈਡੀਸਨ ਤੁਹਾਨੂੰ ਬਾਹਰੋਂ ਲੈਣ ਦੀ ਲੋੜ ਨਹੀਂ ਪੈਣੀ ਸਾਰੀ ਮੈਡੀਸਨ ਹਸਪੀਟਲ ਦੇ ਵਿੱਚ ਉਪਲਬਧ ਮਿਲੂ ਦੇਖੋ ਜਿੰਨੀ ਸਾਡੇ ਲਈ ਮੈਡੀਸਨ ਹੈਗੀ ਆ ਹੁਣ ਮੈਡੀਸਨ ਇਹ ਨਹੀਂ ਹੈ ਵੀ ਅੱਜ ਔਡਰ ਦਿੱਤਾ ਦੂਜੇ ਦਿਨ ਮੈਡੀਸਨ ਆ ਗਈ ਮੈਡੀਸਨ ਜੇ ਅੱਜ ਔਡਰ ਕਰੀਏ ਤਾਂ ਵੀ ਉਹਦਾ 6-7 ਹਫ਼ਤਿਆਂ ਦਾ ਜਿਹੜਾ ਪ੍ਰੋਸੈਸ ਹੈ ਇੱਕ ਉਹਦੇ ਵਿੱਚ ਦੀ ਉਹਨੇ ਗੁਜ਼ਰਨਾ ਜੋ ਸਿਸਟਮ ਹੈ ਉਹਦੇ ਵਿੱਚ ਦੀ ਗੁਜ਼ਰਨਾ ਸੋ ਇਸ ਕਰਕੇ ਸਾਡੀ ਤਿਆਰੀ ਹੋ ਗਈ ਬਜਟ ਪਾਸ ਹੋ ਗਿਆ ਉਹਦੇ ਵਿੱਚ ਜਲਦੀ ਤੁਹਾਨੂੰ ਮੈਡੀਸਨ ਆ ਇੱਕ ਵੀ ਮੈਡੀਸਨ ਤੁਹਾਨੂੰ ਬਾਹਰੋਂ ਲੈਣ ਦੀ ਲੋੜ ਨਹੀਂ ਪੈਣੀ ਸਾਰੀ ਮੈਡੀਸਨ ਹਸਪੀਟਲ ਦੇ ਵਿੱਚ ਉਪਲਬਧ ਮਿਲੂ ਥੈਂਕ ਯੂ ਮਿਹਰਬਾਨੀ